ਇੱਕ ਵਾਰ ਫਿਰ ਸਾਰਿਆਂ ਦਾ ਰਾਣਾ ਰੀਅਲ ਸਟੇਟ ਯੂਟਿਊਬ ਚੈਨਲ ਵਿੱਚ ਸਵਾਗਤ ਹੈ ਜੀ। ਸਾਰੇ ਹੀ ਪਰਿਵਾਰਾਂ ਨੂੰ ਪਤਾ ਹੈ ਜੀ, ਆਪਾਂ ਸਸਤੇ ਤੋਂ ਸਸਤੇ ਘਰ ਦਿਖਾਉਂਦੇ ਰਹਿੰਦੇ ਹਾਂ, ਤਾਂ ਜੋ ਪੁਰਾਣੀ ਔਡੀਅੰਸ ਜੁੜੀ ਉਹਨਾਂ ਨੂੰ ਤਾਂ ਪਤਾ ਹੀ ਹੈ, ਤਾਂ ਜਿਹੜੇ ਨਵੇਂ ਪਰਿਵਾਰ ਜੁੜ ਰਹੇ ਨੇ, ਜੇਕਰ ਤੁਸੀਂ ਚੈਨਲ 'ਤੇ ਨਏ ਹੋ, ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ, ਤਾਂ ਤੁਹਾਡੀ ਜਾਣਕਾਰੀ ਲਈ ਆਪਾਂ ਇਹ ਜਾਣਕਾਰੀ ਦੇ ਦਿੰਦੇ ਹਾਂ ਕਿ ਆਪਾਂ 5 ਲੱਖ, 10 ਲੱਖ, 15 ਲੱਖ, 20 ਲੱਖ, 25-30 ਲੱਖ ਤੱਕ ਜੇਕਰ ਤੁਸੀਂ ਘਰ ਇਸ ਬਜਟ ਵਿੱਚ ਫਾਇੰਡ ਕਰ ਰਹੇ ਹੋ ਜਾਂ ਲੱਭ ਰਹੇ ਹੋ ਸਸਤੇ ਰੇਟਾਂ ਵਿੱਚ, 8-10-20-30 ਲੱਖ ਤੱਕ ਜਾਂ 40-50 ਲੱਖ ਕਿਸੇ ਵੀ ਬਜਟ ਵਿੱਚ ਘਰ ਲੱਭ ਰਹੇ ਹੋ, ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਦੇਖ ਰਹੇ ਹੋ, ਕਿਉਂਕਿ ਅਸੀਂ ਆਪਣੇ ਇਸ ਯੂਟਿਊਬ ਚੈਨਲ 'ਤੇ ਪਲੇਲਿਸਟ ਬਣਾਈ ਹੋਈ ਹੈ। 10-20-30-40 ਲੱਖ ਤੱਕ ਤੁਸੀਂ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਪ੍ਰੋਪਰਟੀ ਦੇਖ ਸਕਦੇ ਹੋ। ਜ਼ਿਆਦਾਤਰ ਰਿਹਾਇਸ਼ੀ ਘਰ ਆਪਾਂ ਕੋਠੀਆਂ ਦਿਖਾਈਆਂ ਹੋਈਆਂ ਨੇ, ਜਿਹੜੀ ਕੋਠੀ ਤੁਹਾਨੂੰ ਪਸੰਦ ਆਊਗੀ ਸਾਡੇ ਨਾਲ ਕੰਟੈਕਟ ਕਰ ਲੈਣਾ, ਅਸੀਂ ਇਸ ਵੀਡੀਓ ਵਿੱਚ ਆਪਣੇ ਕੰਟੈਕਟ ਨੰਬਰ ਵੀ ਸ਼ੇਅਰ ਕਰਾਂਗੇ, ਬਾਕੀ ਉਹਨਾਂ ਵੀਡੀਓ ਵਿੱਚ ਵੀ ਨੰਬਰ ਦਿੱਤੇ ਹੋਣਗੇ, ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਉਸ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ। ਵੈਸੇ ਪ੍ਰਾਈਜ਼, ਲੋਕੇਸ਼ਨ ਸਾਰੀ ਜਾਣਕਾਰੀ ਅਸੀਂ ਦੇ ਦਿੰਦੇ ਹਾਂ। ਜੇਕਰ ਚੈਨਲ 'ਤੇ ਨਏ ਹੋ ਤਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਹਾਂ, ਤਾਂ ਇਹ ਜ਼ਰੂਰੀ ਨੋਟਿਸ ਤੁਹਾਡੇ ਲਈ ਸੂਚਨਾ ਦਿੱਤੀ ਹੈ ਕਿ ਤੁਹਾਨੂੰ ਪਤਾ ਲੱਗ ਜੂ ਕਿ ਅਸੀਂ ਹਰ ਬਜਟ ਵਿੱਚ 10 ਲੱਖ, 20 ਲੱਖ, 40 ਲੱਖ ਹਰ ਬਜਟ ਵਿੱਚ ਪਿੱਛੇ ਕੋਠੀਆਂ ਦਿਖਾ ਚੁੱਕੇ ਹਾਂ ਪਿਛਲੀਆਂ ਵੀਡੀਓਜ਼ ਵਿੱਚ, ਠੀਕ ਹੈ ਜੀ। ਆਉਣ ਵਾਲੇ ਸਮੇਂ ਵਿੱਚ ਹੋਰ ਕੋਠੀਆਂ ਦਿਖਾਉਂਦੇ ਰਹਾਂਗੇ, ਤਾਂ ਅੱਜ ਦੀ ਕੋਠੀ ਜੋ ਤੁਹਾਡੇ ਲਈ ਲੈ ਕੇ ਆਏ ਹਾਂ, ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ। ਸਭ ਤੋਂ ਪਹਿਲਾਂ ਇਸ ਕੋਠੀ ਦੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਜੀ, ਤਾਂ ਸਸਤੇ ਮਕਾਨਾਂ ਦੀ ਆਪਾਂ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ। ਜ਼ਿਆਦਾਤਰ ਸਾਰੇ ਪਰਿਵਾਰ ਜਾਂ ਆਮ ਵਿਅਕਤੀ ਜੋ ਘਰ ਲੱਭ ਰਿਹਾ, ਸਾਰਿਆਂ ਦੀ ਇਹੀ ਡਿਮਾਂਡ ਹੁੰਦੀ, ਹਰ ਵਿਅਕਤੀ ਦਾ ਇਹੀ ਕਹਿਣਾ ਹੁੰਦਾ ਕਿ ਸਾਰੇ ਪੈਸੇ ਇਕੱਠੇ ਨਹੀਂ ਹਨ, ਕੈਸ਼ ਬਹੁਤ ਘੱਟ ਹੁੰਦੇ ਹਨ, ਕਿਉਂਕਿ ਅੱਜ ਕੱਲ੍ਹ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕੁਛ, ਤਾਂ ਹਰ ਇੱਕ ਬੰਦਾ ਆਪਣੇ ਲਈ ਘਰ ਕਿਸ਼ਤਾਂ 'ਤੇ ਜਾਂ ਬੈਂਕ ਲੋਨ 'ਤੇ ਲੈਣਾ ਪਸੰਦ ਕਰਦਾ ਹੈ ਕਿ 8-10 ਹਜ਼ਾਰ, 15 ਹਜ਼ਾਰ ਮਹੀਨਾ ਕਿਸ਼ਤ ਬਣ ਜਾਵੇ, ਅਸੀਂ ਕਿਸ਼ਤਾਂ ਦੇ ਕੇ 5-7 ਸਾਲ ਦਾ ਕੇਸ ਹੋਵੇ, ਲੋਨ ਹੋਵੇ, ਤਾਂ ਆਪਾਂ ਤੁਹਾਨੂੰ ਕੋਈ ਵੀ ਪ੍ਰੋਪਰਟੀ, ਜੇਕਰ ਸਾਡੀ ਪ੍ਰੋਪਰਟੀ ਤੁਹਾਨੂੰ ਪਸੰਦ ਆਉਂਦੀ ਤਾਂ ਆਪਾਂ ਬੈਂਕ ਲੋਨ ਵੀ ਕਰਵਾ ਦੇਵਾਂਗੇ। ਅਲੱਗ ਅਲੱਗ ਰੇਟਾਂ ਦੇ ਮੁਤਾਬਕ ਡਾਊਨ ਪੇਮੈਂਟ ਹੁੰਦੀ ਹੈ, ਕਿਸੇ ਦੀ 2 ਲੱਖ, ਕਿਸੇ ਦੀ 5 ਲੱਖ, 7 ਲੱਖ, ਬਾਕੀ ਜਿਹੜੀ ਪੇਮੈਂਟ ਹੁੰਦੀ ਹੈ ਤੁਸੀਂ 10 ਹਜ਼ਾਰ, 15 ਹਜ਼ਾਰ ਮਹੀਨਾ ਕਿਸ਼ਤ ਬਣਾ ਸਕਦੇ ਹੋ ਆਪਣੀ, ਅਤੇ ਬੈਂਕ ਲੋਨ ਦਾ ਵੀ ਕੇਸ ਕਰਵਾ ਸਕਦੇ ਹੋ, ਆਪਾਂ ਤੁਹਾਨੂੰ ਉਹ ਵੀ ਕਰਵਾ ਦੇਵਾਂਗੇ। ਬਾਕੀ ਸਿਬਲ ਸਕੋਰ 'ਤੇ ਡਿਪੈਂਡ ਹੁੰਦਾ ਜੀ, ਤੁਹਾਡੇ ਸਿਬਲ ਸਕੋਰ ਕਿਸ ਤਰ੍ਹਾਂ ਦਾ। ਅੱਜ ਦੀ ਜੋ ਤੁਹਾਨੂੰ ਕੋਠੀ ਦਿਖਾਈ ਹੈ, ਇਸ ਵਿੱਚ ਥੱਲੇ ਬੈਡਰੂਮ, ਵਾਸ਼ਰੂਮ, ਕਿਚਨ, ਤੁਸੀਂ ਸਾਰੀ ਕੋਠੀ ਦੇਖ ਚੁੱਕੇ ਹੋ, ਠੀਕ ਹੈ ਜੀ। ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ, ਕੁਝ ਸਾਲ ਓਲਡ ਕੰਸਟਰਕਸ਼ਨ ਹੈ। ਪ੍ਰਾਈਜ਼ ਇਸਦਾ ਜੀ ਹੈਗਾ ਜੀ 35 ਲੱਖ। ਉਸ ਤੋਂ ਬਾਅਦ ਇਸਦੀ ਜੋ ਲੋਕੇਸ਼ਨ ਹੈ, ਲੋਕੇਸ਼ਨ ਧਿਆਨ ਨਾਲ ਸੁਣ ਰਹੇ ਹੋ ਕਿਉਂਕਿ ਸਾਰੇ ਲੋਕੇਸ਼ਨ ਪੁੱਛਦੇ ਨੇ। ਲੋਕੇਸ਼ਨ ਭਾਮੀਆਂ, ਠੀਕ ਹੈ ਜੀ, ਤਾਜਪੁਰ ਰੋਡ ਤੋਂ ਤੁਸੀਂ ਆ ਸਕਦੇ ਹੋ, ਭਾਮੀਆਂ ਖੁਰਦ ਜਾਂ ਆਪਣੇ ਚੰਡੀਗੜ੍ਹ 33 ਫੁੱਟ ਰੋਡ ਵੱਲੋਂ ਆ ਸਕਦੇ ਹੋ। ਜ਼ਿਆਦਾਤਰ ਆਪਾਂ ਲੁਧਿਆਣਾ ਦੇ ਵਿੱਚ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ, ਤਾਂ ਆਹ ਵੀ ਕੋਠੀ ਆਪਾਂ ਤੁਹਾਡੇ ਲਈ ਲੁਧਿਆਣਾ ਵਿੱਚ ਹੀ ਦਿਖਾਈ ਹੈ। ਹੋਰ ਕੋਠੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਕੋਠੀਆਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਉਹਨਾਂ ਮਕਾਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਊਗੀ। ਧੰਨਵਾਦ ਜੀ।